ਮੌਸਮ ਦੇ ਕਹਿਰ ਮਗਰੋਂ ਹੁਣ ਕੇਂਦਰ ਸਰਕਾਰ ਨੇ ਪੰਜਾਬ ਦੇ ਕਿਸਾਨਾਂ ਨੂੰ ਵੱਡਾ ਝਟਕਾ ਦਿੱਤਾ ਹੈ ਕੇਂਦਰ ਸਰਕਾਰ ਨੇ ਮਾਪ ਡੰਡਾ ਤੇ ਖਰੀਦ ਨਾ ਉਤਰਨ ਵਾਲੀ ਫਸਲ ਦੇ ਮੁੱਲ ਵਿੱਚ ਕਟੌਤੀ ਦੀ ਸ਼ਰਤ ਲਾ ਦਿੱਤੀ ਹੈ ਨੁਕਸਾਨੀ ਫਸਲ ਦੇ ਮੁੱਲ 'ਚ 5.31 ਰੁਪਏ ਤੇ 31.87 ਰੁਪਏ ਪ੍ਰਤੀ ਕੁਆਂਟਲ ਦੀ ਕਟੌਤੀ ਹੋਵੇਗੀ ਉਹ ਕੇਂਦਰ ਸਰਕਾਰ ਨੇ ਕਣਕ ਦੀ ਖਰੀਦ ਲਈ ਕੇਂਦਰੀ ਮਾਪ ਡੰਡਾ 'ਚ ਕੁਝ ਢਿੱਲ ਦੇਣ ਦੀ ਇਜਾਜ਼ਤ ਦੇ ਦਿੱਤੀ ਹੈ ਹਾਸਲ ਜਾਣਕਾਰੀ ਮੁਤਾਬਕ ਪੰਜਾਬ ਵਿੱਚ ਕਣਕ ਦੀ ਫਸਲ ਦੇ ਮੁੱਲ 'ਚ ਕਟੌਤੀ ਨਾਲ ਕਿਸਾਨੀ ਨੂੰ ਕਰੀਬ 350 ਕਰੋੜ ਰੁਪਏ ਤੱਕ ਦਾ ਰਗੜਾ ਲੱਗਣ ਦੀ ਸੰਭਾਵਨਾ ਹੈ। ਪੰਜਾਬ ਦੇ 16 ਜ਼ਿਲ੍ਹਿਆਂ ਵਿੱਚ ਫਸਲ ਪ੍ਰਭਾਵਿਤ ਹੋਈ ਹੈ ਤੇ ਇਹ ਫਸਲ ਸੁੰਗੜੀ ਵੀ ਹੈ। ਦਾਣੇ ਵੀ ਟੁੱਟੇ ਹਨ ਤੇ ਫਸਲ ਬਦਰੰਗ ਵੀ ਹੋਈ ਹੈ। ਖੇਤੀ ਮਹਾਰਾ ਦਾ ਮੰਨਣਾ ਹੈ ਕਿ ਦੋਵੇਂ ਤਰ੍ਹਾਂ ਦੀ ਕਟੌਤੀ ਪ੍ਰਤੀ ਕੁਇੰਟਲ 37.18 ਰੁਪਏ ਬੰਦੀ ਹੈ। ਸਮੁੱਚੀ ਫਸਲ ਕਟੌਤੀ ਫਾਰਮੂਲੇ ਵਿੱਚ ਆਉਂਦੀ ਹੈ ਤਾਂ ਕਿਸਾਨੀ ਨੂੰ 350 ਕਰੋੜ ਰੁਪਏ ਦਾ ਨੁਕਸਾਨ ਹੋ ਸਕਦਾ ਹੈ ਇਸ ਕਟੋਤੀ ਨੂੰ 50% ਦੀ ਵੀ ਘਟਾ ਲਿਆ ਜਾਵੇ ਤਾਂ ਵੀ ਇਹ ਨੁਕਸਾਨ 200 ਕਰੋੜ ਤੋਂ ਉੱਪਰ ਦਾ ਹੋਵੇਗਾ ਦੱਸ ਦਈਏ ਕਿ ਬੇਮੌਸਮੀ بارش ਤੇ ਝੱਖੜ ਕਾਰਨ ਸੂਬੇ ਭਰ ਵਿੱਚ 14.57 ਲੱਖ ਹੈਕਟੇਅਰ ਫਸਲ ਨੁਕਸਾਨੀ ਗਈ ਹੈ ਕੇਂਦਰ ਸਰਕਾਰ ਅਨੁਸਾਰ ਕਣਕ ਦੇ 6% ਦੀ ਤੱਕ ਸੁੰਗੜੇ ਤੇ ਟੁੱਟੇ ਦਾਣੇ ਦੀ ਖਰੀਦ ਕਰਨ ਦੇ ਮਾਪਦੰਡ ਹਨ ਪਰ ਹੁਣ ਸਰਕਾਰ ਨੇ 6 ਤੋਂ 18 ਫੀਸਦੀ ਤੱਕ ਸੁੰਗੜੇ ਤੇ ਟੁੱਟੇ ਦਾਣੇ ਵਾਲੀ ਫਸਲ ਦੀ ਖਰੀਦ ਦੇ ਕਟੋਤੀ ਸ਼ਰਤਾ ਸਮੇਤ ਕਰਨ ਦੀ ਪ੍ਰਵਾਨਗੀ ਦਿੱਤੀ ਹੈ ਕੇਂਦਰ ਸਰਕਾਰ ਵੱਲੋਂ ਜਾਰੀ ਪੱਤਰ ਅਨੁਸਾਰ 6 ਫੀਸਦੀ ਤੱਕ ਸੁੰਗੜੇ ਤੇ ਟੁੱਟੇ ਦਾਣੇ ਵਾਲੀ ਫਸਲ ਦੀ ਖਰੀਦ ਵਿੱਚ ਕੋਈ ਕਟੋਤੀ ਨਹੀਂ ਹੋਵੇਗੀ 6 ਤੋਂ 8 ਫੀਸਦੀ ਤੱਕ 5.31 ਰੁਪਏ 8 ਤੋਂ 10% ਦੀ ਤੱਕ 10.62 ਰੁਪਏ 10 ਤੋਂ 12% ਦੀ ਤੱਕ 15.93 ਰੁਪਏ 12 ਤੋਂ 14% ਦੀ ਤੱਕ 21.25 ਰੁਪਏ 14 ਤੋਂ 16% ਦੀ ਤੱਕ 26.55 ਰੁਪਏ ਤੇ 16 ਤੋਂ 18% ਦੀ ਤੱਕ ਸੁੰਗੜੇ ਤੇ ਟੁੱਟੇ दाਣੇ ਵਾਲੀ ਫਸਲ ਤੇ ਮੁੱਲ 'ਚ 31.87 ਰੁਪਏ ਪ੍ਰਤੀ ਕੁਇੰਟਲ ਦੀ ਘਟौती ਹੋਵੇਗੀ ਦੱਸ ਦਈਏ ਕਿ ਕਣਕ ਦਾ ਸਰਕਾਰੀ ਭਾਅ ਐਤਕੀ 2125 ਰੁਪਏ ਹੈ ਭਾਰਤੀ ਖੁਰਾਕ ਨਿਗਮ ਵੱਲੋਂ ਜੋ ਹਾਲਚ ਹੀ ਨਮੂਨਿਆਂ ਦੀ ਜਾਂਚ ਕੀਤੀ ਗਈ ਹੈ ਉਸ 'ਚ ਸੁੰਗੜੇ ਤੇ ਟੁੱਟੇ ਦਾਣਿਆਂ ਦੀ ਦਰ 15 ਤੋਂ 16% ਦੀ ਆਈ ਹੈ ਇਸੇ ਤਰ੍ਹਾਂ 10% ਦੀ ਤੱਕ ਬਦਰੰਗ ਫਸਲ ਦੇ ਮੁੱਲ ਤੇ ਕੋਈ ਕੱਟ ਨਹੀਂ ਲੱਗੇਗਾ ਜਦੋਂ ਕਿ 10 ਤੋਂ 80% ਦੀ ਤੱਕ ਬਦਰੰਗ ਫਸਲ ਤੇ ਪ੍ਰਤੀ ਕੁਇੰਟਲ 5.31 ਰੁਪਏ ਵੈਲਿਊ ਕੱਟ ਲੱਗੇਗਾ